ਤੁਹਾਨੂੰ ਇਹਨਾਂ ਦੀ ਔਕਾਤ ਦਾ ਪਤਾ ਹੋਣਾ ਚਾਹੀਦਾ। ਪਤਾ ਮੈਂ ਤਾਂ ਦੱਸਣ ਲੱਗਿਆ ਕਿ ਲੋਕਾਂ ਦੇ ਵਿੱਚ ਦੱਸਦਿਆਂ ਵੀ ਜਿਹੜੀ ਪੁਲਿਸ ਡੀ ਸੀ ਸੀ ਪੀ ਜਿੰਨੇ ਵੀ ਜਿਨ੍ਹਾਂ ਦੇ ਪੀ ਪੀ ਲੱਗਦੇ ਨੇ ਇਹਨਾਂ ਦੀ ਔਕਾਤ ਕੀ ਹੈ? ਤੁਹਾਡੇ ਨੌਕਰ ਨੇ, ਪਬਲਿਕ ਸਰਵੈਂਟ, ਪਬਲਿਕ ਨਾਗਰਿਕਾਂ ਦੇ ਨੌਕਰ, ਆਪਾਂ ਇਹਨਾਂ ਨੂੰ ਸਾਹਿਬ ਕਹਿੰਦੇ ਹਾਂ। ਇਹ ਸਾਡੇ ਸਾਹਿਬ ਕਹਿੰਦੇ ਨੌਕਰ ਮਾਲਕ ਦਾ ਸਾਹਿਬ ਹੁੰਦਾ। ਇਨਕਲਾਬ ਦਾ ਆਉਣਾ ਬੜਾ ਜ਼ਰੂਰੀ ਹੈ। ਜੇ ਆਪਣੇ ਇਨਕਲਾਬ ਆਪਾਂ ਨਾ ਲਿਆ ਤਾਂ ਕਾਰਪੋਰੇਟ ਸੈਕਟਰ ਨੇ ਆਪਾਂ ਨੂੰ ਕੱਚਿਆਂ ਨੂੰ ਖਾ ਜਾਣਾ ਪੁੱਤਰੋ। ਅਸੀਂ ਨਹੀਂ ਚਾਹੁੰਦੇ ਕਿਸੇ ਪੰਜਾਬ ਤੋਂ ਫੈਕਟਰੀਆਂ ਬੰਦ ਹੋਣ, ਵੱਧ ਲੱਗਣ ਇੱਥੇ, ਇੱਕ ਮੈਂ ਕਹਿੰਦਾ 50 ਵੀ ਲੱਗ ਜਾਣ। ਇੰਡਸਟਰੀਲਾਈਜੇਸ਼ਨ ਦੇ ਪਾਵਰ ਖਿਲਾਫ ਨਹੀਂ, ਪਰ ਬੰਦੇ ਦੇ ਪੁੱਤ ਬਣਨ, ਤਰੀਕੇ ਨਾਲ ਚੱਲਣ, ਤਰੀਕੇ ਜਿਵੇਂ ਅਮਰੀਕਾ 'ਚ ਚੱਲਦੀ ਹੈ, ਜਪਾਨ 'ਚ ਚੱਲਦੀ ਹੈ, ਫਰਾਂਸ 'ਚ ਚੱਲਦੀ ਹੈ, ਫਿਰ ਕੋਈ ਇਤਰਾਜ਼ ਦੀ ਪੂਰੀਆਂ ਫਾਰਮੈਲਿਟੀਆਂ ਕਰਕੇ ਔਰ ਉਹਨਾਂ 'ਤੇ ਪਹਿਰਾ ਦੇਣ, ਅਤੇ ਜੇ ਇੱਥੇ ਪਹਿਰਾ ਨਹੀਂ ਦਿੱਤੇ ਨੇ ਤਾਂ ਉਹਨਾਂ ਦੀ ਪੜਤਾਲ ਲੋਕ ਕਰਨ, ਅਫਸਰ ਨਹੀਂ। ਅਫਸਰਾਂ ਨੇ ਅੰਦਰ ਜਾਣਾ, ਸ਼ਰਾਬ ਦੇ 2 ਪੈਗ ਲਾਉਣੇ ਆ, ਬਿਹਾ ਮੁਰਗਾ ਖਾ ਲੈਣਾ, ਅਤੇ 500-700 ਜੇਬ 'ਚ ਪਾ ਕੇ ਅਤੇ ਘਰੇ ਵਗ ਜਾਣਾ। ਫੈਕਟਰੀ ਦਾ ਪੋਲੂਸ਼ਨ ਉਸੇ ਤਰ੍ਹਾਂ ਹੀ ਹੁੰਦਾ ਰਹੂ, ਉਹ ਆਪਦੀ ਆਤਮਾ ਮਲੀਨ ਕਰਕੇ ਤੁਰਜੂ, ਅਤੇ ਇਹ ਤੁਹਾਡੀ ਇਹ ਪੋਲੂਸ਼ਨ ਆ ਤੁਹਾਨੂੰ ਪਲੀਤ ਕਰਨਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਨਾਲ ਬਾਪੂ ਬਲਕੌਰ ਸਿੰਘ ਜੀ ਆਏ ਨੇ, ਹੈ ਨਾ, ਜੋ ਕਿ ਪੰਜਾਬ ਦੇ ਸਭ ਤੋਂ ਪੜ੍ਹੇ ਲਿਖੇ ਇਨਸਾਨਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ, ਅਤੇ ਮਨਸੂਰਵਾਲ ਇਸ ਵਕਤ ਆਪਾਂ ਖੜੇ ਹਾਂ, ਅਤੇ ਜਿਹੜੀ ਫੈਕਟਰੀ ਹੈ, ਹੈ ਨਾ, ਉਹਦੇ ਆਪਾਂ ਗੇਟ ਦੇ ਉੱਤੇ ਖੜੇ ਹਾਂ ਬਿਲਕੁਲ, ਅਤੇ ਉੱਥੇ ਬਾਪੂ ਜੀ ਪਹੁੰਚੇ। ਬਾਪੂ ਜੀ, ਮਸਲੇ ਨੂੰ ਪੂਰੀ ਤਰ੍ਹਾਂ ਕਿਵੇਂ ਦੇਖਦੇ ਹੋ ਤੁਸੀਂ, ਵੀ ਕੀ ਇਹ ਫੈਕਟਰੀ ਦਾ ਕੀ ਮਾਹੌਲ ਲੱਗਦਾ ਹੈ ਮੋਰਚੇ ਨੂੰ ਦੇਖ ਕੇ, ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਜਾਇਜ਼ ਜਾਂ ਨਜਾਇਜ਼ ਆ, ਸਰਕਾਰ ਦਾ ਪੱਖ ਹੈ ਫੈਕਟਰੀ ਦਾ ਪੱਖ ਹੈ, ਕਿਵੇਂ ਦੇਖਦੇ ਸਾਰੀ? ਇੱਕ ਵਾਰ ਆਪਾਂ ਜੋ ਤਿੰਨੇ ਚੀਜ਼ਾਂ ਨੂੰ ਵੇਖੇ, ਕਿਸਾਨ, ਫੈਕਟਰੀ, ਸਰਕਾਰ, ਹਾਂਜੀ, ਠੀਕ ਹੈ, ਇਹਨਾਂ 'ਚ ਪ੍ਰਭਾਵਿਤ ਕੌਣ ਹੋ ਰਿਹਾ ਸਭ ਤੋਂ ਵੱਧ? ਕਿਸਾਨ ਹੋ ਰਿਹਾ ਜੀ। ਨੁਕਸਾਨ ਕਿਹਦਾ ਹੋ ਰਿਹਾ? ਕਿਸਾਨ ਦਾ। ਪਸ਼ੂ ਕਿਹਦੇ ਮਰਦੇ ਆ? ਕਿਸਾਨ ਦੇ। ਬਿਮਾਰੀ ਕਿਹਨੂੰ ਪੈਂਦੀ ਹੈ? ਕਿਸਾਨ ਨੂੰ। ਫਸਲਾਂ 'ਤੇ ਜ਼ਹਿਰ ਕਿਹੜੇ ਜਾਂਦਾ? ਕਿਸਾਨ ਦੇ। ਇਹ ਵੱਡਾ ਮਸਲਾ ਹੈ। ਹੁਣ ਕਿੰਨਾ ਗਹਿਰਾ, ਇਹ 'ਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਕੋਲ ਆਪਣੇ ਡਾਕਟਰ ਸਾਹਿਬ, ਅਸੀਂ ਇਹਨੂੰ ਬੜੇ ਸਤਿਕਾਰ ਨਾਲ ਬਾਈ ਗਲੈਕਸੀ ਕਹਿ ਦਿੰਦੇ ਹਾਂ, ਡਾਕਟਰ ਬਾਈ ਗਲੈਕਸੀ, ਪਰ ਪੂਰਾ ਨਾਂ ਬਲਵਿੰਦਰ ਸਿੰਘ ਔਲਖ ਹੈ। ਇਹ ਤੁਹਾਨੂੰ ਡਰੱਗ ਸਾਇੰਟਿਸਟ ਦੇ ਤੌਰ 'ਤੇ ਬੜੇ ਸਹੀ ਵਿਗਿਆਨਕ ਸ਼ਬਦਾਂ 'ਚ ਵੀ ਦੱਸਣਗੇ। ਅਸੀਂ ਇਹਨਾਂ ਦਾ ਜਿਹੜਾ ਸੱਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਜਿੰਨੇ ਪੱਖ ਨੇ, ਸਮਾਜਿਕ ਪੱਖ ਹੈ, ਉਹਨਾਂ 'ਤੇ ਕੀ ਅਸਰ ਪੈਂਦਾ। ਫੈਕਟਰੀ ਦਾ ਮੁਲਕਾਂ ਵਿੱਚ ਲੱਗਣਾ, ਇੰਡਸਟਰੀਲਾਈਜੇਸ਼ਨ ਦਾ ਹੋਣਾ, ਸਨਅਤੀਕਰਨ ਦਾ ਹੋਣਾ, ਉਦਯੋਗੀਕਰਨ ਦਾ ਹੋਣਾ, ਧੰਨ ਭਾਗ ਅਮਰੀਕਾ 'ਚ ਵੀ ਹੋ ਰਿਹਾ, ਇੰਗਲੈਂਡ 'ਚ ਵੀ ਹੋ ਰਿਹਾ, ਜਰਮਨ 'ਚ ਵੀ ਹੈ, ਸਪੇਨ 'ਚ ਵੀ ਹੈ, ਰੂਸ 'ਚ ਹੈ, ਚੀਨ 'ਚ ਹੈ, ਜਪਾਨ 'ਚ ਹੈ। ਕਿਹੜਾ ਦੇਸ਼ ਹੈ ਜਿੱਥੇ ਕਿ ਉਦਯੋਗੀਕਰਨ ਨਹੀਂ? ਸਾਡੇ ਵੀ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਪਰ ਕੀ ਉਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਵਰਗੇ, ਜਰਮਨ ਵਰਗੇ, ਸਪੇਨ ਵਰਗੇ, ਜਰਮਨ ਆਪਣੇ ਫਰਾਂਸ ਵਰਗੇ, ਜਪਾਨ ਵਰਗੇ, ਚੀਨ ਵਰਗੇ ਮੁਲਕਾਂ ਦੇ ਵਿੱਚ ਪੋਲਿਊਸ਼ਨ ਹੈ? ਉਹ ਤਾਂ ਪੋਲਿਊਸ਼ਨ ਹੋਣ ਨਹੀਂ ਦਿੰਦੇ, ਅਤੇ ਸਾਡੇ ਪੋਲਿਊਸ਼ਨ ਕਦੇ ਬੰਦ ਨਹੀਂ ਹੋਇਆ, ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਹੈ। ਘਾਟ ਫਿਰ ਬਾਪੂ ਜੀ ਕਿੱਥੇ ਹੈ? ਵੀ ਉਹ ਫੈਕਟਰੀਆਂ ਤਾਂ ਉੱਥੇ ਵੀ ਇਹੀ ਲੱਗੀਆਂ, ਫਿਰ ਪੋਲਿਊਸ਼ਨ ਆਪਣੇ ਕਿਉਂ ਹੁੰਦਾ? ਇਹ ਵੇਖੋ, ਉਹ ਜਿਹੜਾ ਕਾਨੂੰਨ ਜਿਹੜਾ ਕੋਈ ਬਣਾਉਂਦੇ ਆ, ਉਹ ਸਹੀ ਢੰਗ ਨਾਲ ਉਹਨੂੰ ਲਾਗੂ ਕਰਦੇ ਆ। ਜਿਹੜੇ ਨਿਯਮ ਬਣਾਏ ਨੇ ਨਾ ਅੰਤਰਰਾਸ਼ਟਰੀ ਨਿਯਮ ਪੋਲਿਊਸ਼ਨ ਦੇ ਬਰਖਿਲਾਫ, ਉਹਨਾਂ ਦੀ ਪੂਰੀ ਪਾਲਣਾ ਕਰਦੇ ਆ ਜੀ। ਸਾਡੇ ਮੁਖ ਦਾ ਉਲਟਾ, ਅਸੀਂ ਪਾਲਣਾ ਕਰਨੀ ਨਹੀਂ। ਹਾਂਜੀ, ਤੁਹਾਨੂੰ ਪੈਸਿਆਂ ਨਾਲ ਹਰੇਕ ਪ੍ਰਕਾਰ ਦਾ ਸਰਟੀਫਿਕੇਟ ਮਿਲ ਜੂਗਾ ਜੀ, ਨੋ ਓਬਜੈਕਸ਼ਨ ਸਰਟੀਫਿਕੇਟ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਦੇ ਦੇਣਗੇ, ਸਰਕਾਰ ਦੇ ਦੂ, ਪੁਲਿਸ ਵਾਲੇ ਦੇ ਦੇਣਗੇ, ਪੰਚਾਇਤ ਵਾਲੇ ਦੇ ਦੇਣਗੇ, ਸਾਰਾ ਕੁਛ। ਪੈਸੇ ਦਿਓ ਤੇ ਸਰਟੀਫਿਕੇਟ ਲਓ, ਪਰ ਉਹਨੂੰ ਲਾਗੂ ਨਹੀਂ ਕਰਨਾ, ਇਹ ਇਹਨਾਂ ਦਾ ਕੰਮ ਹੈ। ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਅੰਦਰ ਕੀ ਬਣ ਰਿਹਾ, ਕਿਉਂਕਿ ਲੋਕ ਵਿਚਾਰੇ ਅਨਪੜ੍ਹ ਹੈ। ਹਰ ਫੈਕਟਰੀ ਦੀਆਂ ਕੰਧਾਂ ਬੜੀਆਂ ਉੱਚੀਆਂ ਹੁੰਦੀਆਂ, ਤੇ ਫੈਕਟਰੀ ਦੇ ਵਿੱਚ ਬੰਦਾ ਜਾ ਹੀ ਨਹੀਂ ਸਕਦਾ, ਤੇ ਨਾ ਉਹਨੂੰ ਫੈਕਟਰੀ ਦੇ ਕੰਮ ਕਰਨ ਦੇ ਅੰਦਾਜ਼ ਦਾ ਵਿਚਾਰੇ ਨੂੰ ਪਤਾ ਹੁੰਦਾ ਜੀ। ਇਸ ਕਰਕੇ ਸਾਰਾ ਮਸਲਾ ਅਗਿਆਨਤਾ ਦੇ ਵਿੱਚੋਂ ਇਹ ਪੈਦਾ ਹੁੰਦਾ, ਤੇ ਜਿਹੜਾ ਵੱਡਾ ਸਰਮਾਏਦਾਰ ਹੈ ਜਾਂ ਕਾਰਪੋਰੇਟ ਸੈਕਟਰ ਦਾ ਬੰਦਾ ਹੈ, ਉਹ ਇਹਨਾਂ ਚੀਜ਼ਾਂ ਦਾ ਸ਼ੋਸ਼ਣ ਕਰਦਾ। ਇੱਥੇ ਵੀ ਲੋਕਾਂ ਨੂੰ ਲੱਗਿਆ, ਕਿਉਂਕਿ ਲੋਕਾਂ ਦੀ ਪਸ਼ੂਆਂ ਦੀਆਂ ਮੌਤਾਂ ਹੋਈਆਂ, ਬੰਦਿਆਂ ਨੂੰ ਕੈਂਸਰ ਹੋਏ, ਫਸਲਾਂ ਦੇ ਉੱਤੇ ਜ਼ਹਿਰੀਲਾ ਛਿੜਕਾਅ ਹੋਇਆ ਜੀ, ਜ਼ਮੀਨ ਹੈ ਉਹਦੀ ਬੰਜਰਪਣਾ ਵੱਧ ਗਿਆ, ਪਾਣੀ ਘਟ ਰਿਹਾ, ਹਵਾ ਜਿਹੜੀ ਪਲੀਤ ਹੋ ਗਈ,
ਇਹ ਇੰਨੇ ਔਗਣ ਜਦੋਂ ਵੇਖਦੇ ਤੇ ਲੋਕਾਂ ਨੇ ਮਹਿਸੂਸ ਕੀਤਾ ਵੀ ਇਹਦਾ ਕਾਰਨ ਕੀ ਹੈ ਇਹ ਫੈਕਟਰੀ ਹੈ ਇਹਦਾ ਸਹੀ ਐਨਾਲਿਸਿਸ ਸਹੀ ਵਿਸ਼ਲੇਸ਼ਣ ਕੀਤਾ ਜਾਵੇ ਲੋਕਾਂ ਨੂੰ ਕੀ ਤਰ੍ਹਾਂ ਦਾ ਜ਼ਰੂਰ ਉਹਦੇ ਨਾਲ ਲੱਗਣਗੇ ਲੋਕੀ ਤਾਂ ਸਾਥ ਦੇਣ ਨੂੰ ਵੀ ਤਿਆਰ ਹੈ ਪਰ ਕਿਸੇ ਬਿਊਰੋਕਰੇਸੀ ਨੂੰ ਵਿੱਚ ਨਾ ਪਾਉਣ ਬਿਊਰੋਕਰੇਸੀ ਕਦੇ ਇਨਸਾਫ਼ ਨਹੀਂ ਕਰਦੀ ਜਿਹੜੀਆਂ ਸਰਕਾਰਾਂ ਹੈ ਉਹ ਹਮੇਸ਼ਾ ਕਾਰਪੋਰੇਟ ਸੈਕਟਰ ਦੀਆਂ ਹੁੰਦੀਆਂ ਭਾਵੇਂ ਸਾਡੀ ਸਰਕਾਰ ਨੂੰ ਅੱਜ ਕੱਲ੍ਹ ਮਾਨ ਦੀ ਸਰਕਾਰ ਨੂੰ ਅਸੀਂ ਆਮ ਪਾਰਟੀ ਦੀ ਸਰਕਾਰ ਕਹਿ ਦਿੰਦੇ ਹਾਂ ਕਿਉਂਕਿ ਅਸੀਂ ਵੋਟਾਂ ਤਾਂ ਅਸੀਂ ਪਾਈਆਂ ਹਾਂਜੀ ਤੇ ਵੋਟਾਂ ਇੰਨੀਆਂ ਪਾਰਟੀਆਂ 92 ਬੰਦੇ ਜਿਤਾਤੇ ਤੇ ਆਮ ਤੋਂ ਖਾਸੋ ਖਾਸ ਬਣਾਤੇ ਬਿਲਕੁਲ ਜੀ ਕੋਈ ਸ਼ੱਕ ਤਾਕਤ ਇੰਨੀ ਹੈ ਕਿ ਹੁਣ ਤੁਸੀਂ ਇਹਨਾਂ ਦਾ ਬਾਲਵਿੰਗਾ ਨਹੀਂ ਕਰ ਸਕਦੇ ਜਦ ਤੱਕ ਵੋਟਾਂ ਨਹੀਂ ਪੈਂਦੀਆਂ ਵੋਟਾਂ ਵਾਲੇ ਦਿਨ ਤਾਂ ਤੁਸੀਂ ਖੰਡਾ ਦਿਓਗੇ ਇਹਨਾਂ ਨੂੰ ਹਾਂਜੀ ਕਮਲੀ ਦੇ ਝਾੜੂ ਨੂੰ ਹਾਂਜੀ ਕਮਲੀ ਦੇ ਝਾੜੂ ਖਿੰਡ ਜਾਂਦਾ ਨਾ ਹਾਂਜੀ ਪਰ ਵੋਟਾਂ ਤੋਂ ਪਹਿਲਾਂ ਇਹ ਬੜੇ ਤਕੜੇ ਆ ਹਾਂਜੀ ਬਿਲਕੁਲ ਇਸ ਕਰਕੇ ਲੋਕਾਂ ਦੀ ਚੇਤਨਾ ਇਹ ਸੰਘਰਸ਼ ਇਹਦਾ ਯੋਗਦਾਨ ਹੈ ਉਹਨਾਂ ਨੂੰ ਇਹ ਚੇਤਨ ਹੋਣਗੇ ਤਾਂ ਕਿ ਕੋਈ ਵੀ ਕਾਰਪੋਰੇਟ ਸੈਕਟਰ ਦਾ ਕੋਈ ਵੱਡਾ ਕਾਰਖਾਨੇਦਾਰ ਤੁਹਾਡਾ ਵਾਤਾਵਰਨ ਨੂੰ ਮਲੀਨ ਨਾ ਕਰੇ ਪਲੀਤ ਨਾ ਕਰੇ ਪਲਿਊਟ ਨਾ ਕਰੇ ਇਸ ਢੰਗ ਕਰਕੇ ਅਸੀਂ ਇੱਥੇ ਆਏ ਹਾਂ ਤੇ ਲੋਕਾਂ ਨੂੰ ਦੱਸਣਾ ਹੈ ਰਹਿਣਾ ਸ਼ਾਂਤ ਹੈ ਦੇਖੋ ਸਰਕਾਰ ਚਾਹੁੰਦੀ ਆ ਕਿ ਮੋਰਚੇ ਦੇ ਉੱਤੇ ਗੜਬੜ ਹੋਵੇ ਉਹਨਾਂ ਨੂੰ ਪਾਉਣਾ ਚਾਹੀਦਾ ਹਾਂ ਤੁਹਾਨੂੰ ਕਹਿਣਗੇ ਤੁਹਾਡੇ ਕੋਲ ਹਥਿਆਰ ਹੈ ਕਹਿੰਦੇ ਨਾ ਤੇ ਇੱਥੇ ਹਰੇਕ ਜਿਹਦੇ ਵਰਦੀ ਪਾਈ ਉਹਦੇ ਕੋਲ ਹਥਿਆਰ ਹੈ ਉਹ ਹਥਿਆਰਾਂ ਦੇ ਨਾਲ ਹੀ ਫਿਰਦੇ ਉਹਨਾਂ ਕੋਲੇ ਵੱਡੇ ਰਿਵਾਲਵਰ ਵੀ ਆ ਸਰਕਾਰੀ ਲੱਕ ਤੇ ਟੰਗੇ ਹੋਏ ਨੌ ਨੌ ਬੰਦੇ ਦਾ ਕੱਦ 6 ਫੁੱਟ ਡਾਂਗ ਦਾ ਕੱਦ 9 ਫੁੱਟ ਹਾਂਜੀ ਉਹ ਵੀ ਉਹਨਾਂ ਕੋਲ ਡਾਂਗ ਹੈ ਵੱਡੀਆਂ ਵੱਡੀਆਂ ਮੁੱਛਾਂ ਪੰਜਾਬ ਦੇ ਪਿਛੋਕੜ ਚੋਂ ਆਏ ਆ ਪੰਜਾਬ ਦੇ ਪਿਛੋਕੜ ਦਾ ਇੱਕ ਬਹੁਤ ਵੱਡਾ ਮਾੜਾ ਕਰਮ ਇਹ ਹੈ ਵੀ ਜਦੋਂ ਕਿਤੇ ਪੰਜਾਬ ਦਾ ਪੇਂਡੂ ਬੰਦਾ ਪੁਲਿਸ ਵਿੱਚ ਭਰਤੀ ਹੋ ਜਾਏ ਉਹ ਸਾਰੇ ਪਿੰਡ ਨੂੰ ਗਾਲਾਂ ਦੇਣ ਲੱਗ ਜਾਂਦੇ ਮੈਂ ਥਾਣੇਦਾਰ ਬਣ ਗਿਆ ਬਿਲਕੁਲ ਜੀ ਤੇ ਤੀਵੀਆਂ ਗਾਲਾਂ ਕੱਢਦਾ ਬਿਲਕੁਲ ਪੜਦਾ ਅੱਖਰ ਨਹੀਂ ਆ ਵੀ ਕਮਾਲ ਹੈ ਪੁਲਿਸ ਵਾਲੇ ਨੂੰ ਪੁੱਛ ਲੈ ਪੜਦਾ ਅੱਖਰ ਨਾ ਉਹਨੂੰ ਪੰਜਾਬੀ ਆਵੇ ਨਾ ਉਹਨੂੰ ਹਿੰਦੀ ਆਵੇ ਨਾ ਉਹਨੂੰ ਅੰਗਰੇਜ਼ੀ ਆਵੇ ਗਾਲ ਜਿੱਡੀ ਮਰਜ਼ੀ ਕਢਾ ਲਓ ਇੱਥੇ ਇਹੀ ਕੰਮ ਕਰ ਰਿਹਾ ਇਹ 17 ਤਰੀਕ ਤੋਂ ਲੈ ਕੇ ਜੋ ਇੱਥੇ ਜਲੂਸ ਕੱਢਿਆ ਸਰਕਾਰ ਨੇ ਲੋਕਾਂ ਦਾ ਵੀ ਲੋਕ ਕਿਵੇਂ ਨਾ ਕਿਵੇਂ ਭੜਕਣ ਪਰ ਤੁਹਾਨੂੰ ਇਹ ਵਧਾਈ ਦੇਣਾ ਕਮਾਲ ਹੈ ਤੁਸੀਂ ਭੜਕੀ ਜੀ ਸ਼ਾਂਤੀ ਦੇ ਨਾਲ ਮੋਰਚਾ ਚੱਲ ਗਿਆ ਕਮਾਲ ਨਹੀਂ ਤੁਹਾਡੇ ਡਾਂਗ ਵੀ ਭਰਾਈ ਹੈ ਡਾਂਗ ਭਰਾਉਣ ਦੇ ਬਾਵਜੂਦ ਤੁਸੀਂ ਚੁੰਬੜੇ ਨਹੀਂ ਇਹ ਚਾਹੁੰਦੇ ਕਿ ਸਾਨੂੰ ਚੁੰਬੜੋ ਕਿਉਂਕਿ ਚੁੰਬੜ ਤੋਂ ਬਾਅਦ ਫਿਰ ਇਹਨਾਂ ਨੇ ਤੁਹਾਨੂੰ ਅੱਤਵਾਦੀ ਵੱਖਵਾਦੀ ਮਾਓਵਾਦੀ ਨਕਸਲਵਾਦੀ ਪਤਾ ਨਹੀਂ ਕਿਹੜੀ ਕਿਹੜੀ ਵਾਦੀ ਤੇ ਬਰਬਾਦੀ ਤੁਹਾਡੇ ਗਲ ਚ ਪਾਉਣੀ ਹੈ ਤੁਸੀਂ ਠੰਡੇ ਰਹਿਣਾ ਬਿਲਕੁਲ ਘਾਬਰਨਾ ਨਹੀਂ ਪਰ ਤੁਹਾਡਾ ਇਕੱਠ ਹੈ ਤੁਹਾਡਾ ਸੰਘਰਸ਼ ਲਗਾਤਾਰ ਕਾਇਮ ਰਹਿਣਾ ਚਾਹੀਦਾ ਤੇ ਤੁਸੀਂ ਜੋ ਵੀ ਗੱਲ ਕਰੇ ਤੁਸੀਂ ਉਹਨਾਂ ਨੂੰ ਦੱਸਣਾ ਹੈ ਵੀ ਭਾਈ ਸਾਹਿਬ ਸਾਨੂੰ ਪਤਾ ਤੇਰੀ ਕੀ ਔਕਾਤ ਹੈ ਪੁਲਿਸ ਵਾਲਾ ਆਵੇ ਸੀਪੀ ਆਵੇ ਐਸਐਸਪੀ ਆਵੇ ਡੀਸੀ ਆਵੇ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਆਵੇ ਉਹਨੂੰ ਕਹਿੰਦੇ ਯਾਰ ਤੈਨੂੰ ਤਾਂ ਅਸੀਂ ਵੋਟਾਂ ਗਲਤੀ ਨਾਲ ਪਾਈਆਂ ਤਾਂ ਅਸੀਂ ਤੈਨੂੰ ਜਾਣਦੇ ਤੂੰ ਹੈ ਕੀ ਚੀਜ਼ ਆ ਪਿੱਟੀ ਜੂਆ ਜਿਹੜਾ ਇਸ ਇਲਾਕੇ ਤੁਸੀਂ ਬੰਦਾ ਚੁਣਿਆ ਹੈ ਉਹ ਤੁਹਾਡੇ ਕੋਲੇ ਆਊਗਾ ਚਿੱਟੇ ਚਿੱਟੇ ਕੱਪੜੇ ਪਾ ਕੇ ਕਿਉਂਕਿ ਉਹ ਐਮਐਲਏ ਬਣ ਗਿਆ ਵੱਡੀ ਸਾਰੀ ਗੱਡੀ ਹੋਊਗੀ 25-30 ਉਹਦੇ ਨਾਲ ਮਤਲਬ ਵਰਦੀਆਂ ਵਾਲੇ ਦੀ ਰਾਖੀ ਤੇ ਹੋਣਗੇ ਕਿਉਂਕਿ ਜਦੋਂ ਵੋਟਾਂ ਆਪਾਂ ਪਾ ਦਿੰਦੇ ਹਾਂ ਤੇ ਚੁਣਿਆ ਜਾਂਦਾ ਉਹਦੀ ਜਾਨ ਨੂੰ ਖਤਰਾ ਹੋ ਜਾਂਦਾ ਉਦੋਂ ਉਹਦੇ ਆਲੇ ਦੁਆਲੇ ਪੁਲਿਸ ਵਾਲੇ ਹੋ ਜਾਂਦੇ ਆ ਜਿੱਦਾਂ ਨੰਗ ਸੜਕ ਤੇ ਘੁੰਮਦਾ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਬੰਦਾ ਉਹੀ ਆ ਹੁਣ ਵੇਖ ਫਿਰਦੇ ਨਾ ਉਹ ਜਿਹੜੇ ਪਹਿਲਾਂ ਵਾਲੇ ਤੁਸੀਂ ਹਰਾਏ ਆ ਕੋਈ ਸਮੱਸਿਆ ਆ ਜਿੱਥੇ ਮਰਜ਼ੀ ਫਿਰਨ ਨੰਗੇ ਪੈਰੀ ਫਿਰਨ ਕੋਈ ਖਤਰਾ ਨਹੀਂ ਜਿੱਥੇ ਵੋਟਾਂ ਪਾ ਕੇ ਦੁਬਾਰੇ ਉਹਨਾਂ ਨੂੰ ਸਿਰ ਤੇ ਚਾੜ ਲਿਆ ਫਿਰ ਉਹਨੂੰ ਖਤਰਾ ਹੋ ਜੂ ਇਸ ਕਰਕੇ ਤੁਸੀਂ ਡਰਨਾ ਨਹੀਂ ਤੁਹਾਨੂੰ ਇਹਨਾਂ ਦੀ ਔਕਾਤ ਦਾ ਪਤਾ ਹੋਣਾ ਚਾਹੀਦਾ ਪਤਾ ਮੈਂ ਤਾਂ ਦੱਸਣ ਲੱਗਿਆ ਕਿ ਲੋਕਾਂ ਦੇ ਵਿੱਚ ਦੱਸਦਿਆਂ ਵੀ ਜਿਹੜੀ ਪੁਲਿਸ ਡੀਸੀ ਸੀਪੀ ਜਿੰਨੇ ਵੀ ਜਿਨ੍ਹਾਂ ਦੇ ਪੀਪੀ ਲੱਗਦੇ ਨੇ ਇਹਨਾਂ ਦੀ ਔਕਾਤ ਕੀ ਹੈ ਤੁਹਾਡੇ ਨੌਕਰ ਨੇ ਪਬਲਿਕ ਸਰਵੈਂਟ ਪਬਲਿਕ ਨਾਗਰਿਕਾਂ ਦੇ ਨੌਕਰ ਆਪਾਂ ਇਹਨਾਂ ਨੂੰ ਸਾਹਿਬ ਕਹਿੰਦੇ ਹਾਂ ਇਹ ਸਾਡੇ ਸਾਹਿਬ ਕਦੇ ਨੌਕਰ ਮਾਲਕ ਦਾ ਸਾਹਿਬ ਹੁੰਦਾ ਪੁੱਛੋ ਨੂੰ ਅੱਜ ਵੀ ਕਦੇ ਨੌਕਰ ਮਾਲਕ ਦਾ ਸਾਹਿਬ ਹੁੰਦਾ ਆਖਣਗੇ ਨਹੀਂ ਫਿਰ ਤੂੰ ਸਾਡਾ ਸਾਹਿਬ ਕਿਵੇਂ ਬਈ ਤੂੰ ਤਾਂ ਨੌਕਰ ਹੈ ਸਾਡਾ ਪਬਲਿਕ ਸਰਵੈਂਟ ਹੈ ਆਪ ਟਿਕ ਜਾਂਦਾ ਬੰਦਾ ਫਿਰ ਉਹ ਜ਼ਿਆਦੇ ਨਾ ਫੁਕਾਰੇ ਨਹੀਂ ਮਾਰੂਗਾ ਇਸ ਕਰਕੇ ਤੁਹਾਡਾ ਇਹ ਜਾਗਣਾ ਬਹੁਤ ਜ਼ਰੂਰੀ ਹੈ ਫਿਰ ਇਹ ਆਹ ਮੋਰਚਾ ਕੀ ਹੈ ਇਦੋਂ ਵੀ ਵੱਡੇ ਵੱਡੇ ਮੋਰਚੇ ਤੁਸੀਂ ਜਿੱਤੋਗੇ ਤੇ ਪੰਜਾਬ ਦੀ ਤਕਦੀਰ ਵੀ ਬਦਲ ਦਿਓਗੇ ਬਾਪੂ ਐਜੂਕੇਸ਼ਨ ਦੀ ਘਾਟ ਸਮਝਦੇ ਹੋ ਕਿਉਂਕਿ ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੈਗੀ ਹਨਾ ਹੁਣ ਤਾਂ ਪਤਾ ਲੱਗ ਗਿਆ ਵੀ ਪਾਣੀ ਥੱਲੋਂ ਖਰਾਬ ਨਿਕਲ ਆਇਆ ਤੇ ਤਾਂ ਬਿਮਾਰੀਆਂ ਫੈਲ ਗਈਆਂ ਆਪਾਂ ਨੂੰ ਐਜੂਕੇਸ਼ਨ ਹੀ ਨਹੀਂ ਹੈਗੀ ਇਹਦੇ ਬਾਰੇ ਪਹਿਲਾਂ ਸਾਨੂੰ ਬੇਟਾ ਬਿਲਕੁਲ ਠੀਕ ਹੈ ਕਿ ਜਿਹੜੀ ਸਾਡੀ ਰਵਾਇਤੀ ਸਿੱਖਿਆ ਪ੍ਰਣਾਲੀ ਆ ਜਿਹੜੀ
लाड मकाले की बनाई हुई वह शिक्षा नीति है, अजे तक उस तरह ही है, उहदे विच कोई फर्क नहीं पाया। उत्थे मतलब स्कूल च जाओ, दो तीन साल रट्टे लाओ, ईड़ी इमली, कूड़ा उठ, बबा बोता, ऐ सिखाई जांदे आ, जिहदा कोई अर्थ नहीं, जो अक्कां दे तीन चार साल बर्बाद कर देंदे आ। इसे तरह ही अंग्रेजी दे अक्षर चार पंज सिखा देंदे आ, समस्या कदे दसदे नहीं, ना कोई टीचर दसण नूं तैयार है, ते ना किसी नूं इह पता कि मैनूं दस्सिया जाणा, बच्चे नूं की पता कि मैनूं की दसणा है। वह नीति करके साडा इह दुखांत वापरिया। पर हुण जिहड़ा मीडिया आया, तुहाडे वर्गे बच्चे आ गए, ते तुसीं सवाल करन लग गए, ते कुछ भी गल है। जिहड़ा आई टी सैल है ना, वड्डे वड्डे कारपोरेट सैक्टरां दा आई टी सैल, उहनूं तां लोकी पाउंदे आ लाणतां, ते तुसीं घरों कल्ली फिक्की चाह पी के आए हुंदे हो, कई मुंडे ते उस तरह ही मुड़ जांदे हो, ते लोकी सुण के कहिंदे वी आह तां बट कढ़े पए आ। सारे दरवाजे बंद ने, ते थोड़े निक्के जे फोन दे राही लख बंदा, दस लख बंदा सुन के वो कहिंदे वी आह तां मुंडिआं ने कमाल करती। ते इह अपना योगदान है, तुसीं इह योगदान छड्डिओ ना, थोड़ी चाह भी मिठी हो जूगी, थोड़े चाह भी पूरे हो जाएंगे। ते तुसी कारपोरेट सैक्टर है, ते अखौती जिहड़ा राजतंत्र है, इहदा रल के तुसी ना वधिया नागरिक बन के भोग पा दिओ, पंजाब बचरू। बापू घाट कितना किते किते समझदे हो अपने समाज दे विच, किते किते घाट रह जांदी है? देखो भैया, लोग की बेचारे मासूम है, लोग राज दे विच, लोग जे मासूम होण ते अज्ञानता दे विच ज्यो रहे होण, फिर राजकरदा श्रेणी नूं कोई खतरा नहीं। राजकरदा श्रेणी नूं उदों खतरा हुंदा जदों तुहानूं चेतना आ जाए, जदों लोकां नूं चेतना आ जाए। जिथे किथे चेतना आई है, उदों लोकां दी चेतना करके ही ते राजसत्ता दे तख्ते पलट गए आ। वड्डे वड्डे इनकलाब आए आ, फ्रांस दी क्रांति आई, लोकां नूं ठोकते सी ना चर्च ते स्टेट दोन्ने, अमरीका दी आजादी आई, सब कुछ बनता सी। रूस दे विच इनकलाब आया, जार खानदान परे करता ही थोड़ा नहीं मुड़के, चीन दे विच इनकलाब आया, सारे बंदे जड़े सीगे तोरते गां, थोड़े भी इस तरह ही आऊगा। थोड़े दे इनकलाब दा आना बड़ा जरूरी है, जे अपने इनकलाब आपां ना लिया ते कारपोरेट सैक्टर ने आपां नूं कच्चिआं नूं खा जाणा पुत्रो। इस करके तुसीं तकड़े बणो, स्याणे बणो, वध तों वध पढ़ो, नशिआं ते बचो, शाम नूं ताश ते वक्त खराब ना करिओ, कोई बच्चियां दे कोले बह के बच्चियां नूं पढ़ाओ, ते उहने पढ़दिआं नूं उहनां दीआं गल्लां सुणो, फिर आपां तकड़े होवांगे। ते सरकारां जालम सरकारां जिहड़े जान रंगे ने, इह कमजोर पै जाणगे। बापू जी, इहदा हल की लगदा, जिहड़ा मोर्चा लग्गिआ होइआ इहदा हल आखर की निकलूगा, वी फैक्टरी बंद होऊगी जां फैक्टरी वाले कोई सीवरेज? देखो दो गल्लां, फैक्टरी नूं आई नहीं चाहुंदा कि पंजाब तों फैक्टरियां बंद होण, वध लगण इत्थे, इक मैं कहिंदा 50 वी लग जाण, ਇੰਡਸਟਰੀਅਲਾਈਜੇਸ਼ਨ ਦੇ ਪਾਵਰ ਖਿਲਾਫ ਨਹੀਂ, ਪਰ ਬੰਦੇ ਦੇ ਪੁੱਤ ਬਣਨ, ਤਰੀਕੇ ਨਾਲ ਚੱਲਣ, ਤਰੀਕੇ ਜਿਵੇਂ ਅਮਰੀਕਾ 'ਚ ਚੱਲਦੀ ਹੈ, ਜਾਪਾਨ 'ਚ ਚੱਲਦੀ ਹੈ, ਫਰਾਂਸ 'ਚ ਚੱਲਦੀ ਹੈ, ਫਿਰ ਕੋਈ ਇਤਰਾਜ ਦੀ? ਫਾਰਮੈਲਿਟੀਆਂ ਪੂਰੀਆਂ ਕਰਨ, ਪੂਰੀਆਂ ਫਾਰਮੈਲਿਟੀਆਂ ਕਰਕੇ ਔਰ ਉਹਨਾਂ ਤੇ ਪਹਿਰਾ ਦੇਣ, ਤੇ ਜੇ ਉੱਥੇ ਪਹਿਰਾ ਨਹੀਂ ਦਿੱਤੇ ਨੇ ਤਾਂ ਉਹਨਾਂ ਦੀ ਪੜਤਾਲ ਲੋਕ ਕਰਨ, ਅਫਸਰ ਨਹੀਂ। ਅਫਸਰਾਂ ਨੇ ਅੰਦਰ ਜਾਣਾ, ਸ਼ਰਾਬ ਦੇ ਦੋ ਪੈਗ ਲਾਉਣੇ ਆ, ਬਿਹਾ ਮੁਰਗਾ ਖਾ ਲੈਣਾ, ਤੇ 500-700 ਜੇਬ 'ਚ ਪਾ ਕੇ ਤੇ ਘਰੇ ਵਗ ਜਾਣਾ। ਫੈਕਟਰੀ ਦਾ ਪੋਲੂਸ਼ਨ ਉਸੇ ਤਰ੍ਹਾਂ ਹੀ ਹੁੰਦਾ ਰਹੂ, ਉਹ ਆਪਦੀ ਆਤਮਾ ਮਲੀਨ ਕਰਕੇ ਤੁਰਜੂ, ਤੇ ਇਹ ਤੁਹਾਡੀ ਇਹ ਪੋਲੂਸ਼ਨ ਆ ਤੁਹਾਨੂੰ ਪਲੀਤ ਕਰਦੇ ਰਹਿਣਗੇ। ਇਸ ਕਰਕੇ ਇਹਦੇ ਵਿੱਚ ਪੜਤਾਲ ਦਾ ਅਧਿਕਾਰ ਹੈ, ਪਿੰਡ ਦੇ ਲੋਕਾਂ ਕੋਲ ਹੋਣਾ ਚਾਹੀਦਾ, ਪਿੰਡ ਦੇ ਸਿਆਣੇ ਬੰਦੇ, ਪਿੰਡ ਦੇ ਵਿਦਿਆਰਥੀ ਜਿਹੜੇ ਪੜ੍ਹੇ ਨੇ, ਪਿੰਡ ਦੇ ਕਈ ਵਿਦਿਆ ਨੌਜਵਾਨ ਮੁੰਡੇ ਵਿਗਿਆਨ ਦੇ ਸਟੂਡੈਂਟ ਨੇ, ਕੋਈ ਇੰਜੀਨੀਅਰ ਦਾ ਸਟੂਡੈਂਟ ਹੈ, ਕੋਈ ਮੈਡੀਕਲ ਦਾ ਸਟੂਡੈਂਟ ਹੈ, ਇਹ ਸਾਰੇ ਇਕੱਠੇ ਰਲ ਕੇ ਕਮੇਟੀਆਂ ਬਣਾ ਕੇ ਇਹਨਾਂ ਦੀਆਂ ਹਰ 10ਵੇਂ ਦਿਨ ਪੜਤਾਲ ਹੋਵੇ, ਅਚਨ ਚੇਤ ਜੀ, ਜਿਵੇਂ ਬੈਂਕਾਂ ਦੀ ਆਡਿਟ ਹੁੰਦੀ ਹੋਵੇ ਹੋਵੇ, ਫਿਰ ਠੀਕ ਆ, ਫਿਰ 50 ਫੈਕਟਰੀ ਲੱਗ ਜਾਣਗੇ, ਆਪਾਂ ਨੂੰ ਕੀ ਤਰ੍ਹਾਂ ਜਾ ਵੀ, ਜਿਵੇਂ ਆਪਾਂ ਕਹਿੰਦੇ ਅਫਸਰਾਂ ਦੇ ਮਹਿਕਮੇ ਵਾਲੇ ਆ ਗਏ, ਪੋਲੂਸ਼ਨ ਬੋਰਡ ਵਾਲੇ ਆ ਗਏ, ਫਲਾਣੇ ਵਾਲੇ, ਉਹ ਆ ਕੇ ਉਹਦਾ ਝੂਠ ਝੱਟ ਹੁੰਦੇ ਆ, ਜਿੰਨੀ ਬਿਊਰੋਕਰੇਸੀ ਆ ਹਿੰਦੁਸਤਾਨ ਦੀ, ਝੂਠ ਝੱਟ, ਇਹਨਾਂ ਨੂੰ ਸ਼ਰਮ ਕੋਈ ਨਹੀਂ, ਭ੍ਰਿਸ਼ਟਾਚਾਰੀ ਕਰਦਿਆਂ, ਦੁਰਾਚਾਰ ਕਰਦਿਆਂ, ਵਿਭਚਾਰ ਕਰਦਿਆਂ, ਅਤਿਆਚਾਰ ਕਰਦਿਆਂ, ਤੇ ਮਕਾਰਪੁਣਾ ਕਰਦੇ, ਇਹਨਾਂ ਨੂੰ ਕੋਈ ਸ਼ਰਮ ਨਹੀਂ। ਇਹਨਾਂ ਦੇ ਪੈਂਟ ਕੋਟ ਟਾਈ ਤੇ ਬੂਟ ਸ਼ਿੰਗਾਰ ਕੇ ਜਦੋਂ ਸਿਕੰਦਰੀ ਸ਼ੀਸ਼ਿਆਂ 'ਚ
आपके चेहरे वेखते हैं इन्हू ए लगे भी धरती के अवतार असि आए हैं होना तो ना कपड़े पाने आए ना बंदा ही कोई नहीं बंदा बाबा भैड़ी जी दाड़ी वाला कितों आ गया ये भैड़ी जी पगड़ा कितों आ गया आ टुटे जोड़े पाई फिर बुकल मारी फिर ए रंग बोलते है ना इस करके आप रल के ये काम करिए थोड़ी जागना इन्हों का भजना जरूरी है इस करके चिंता की गल नहीं संघर्ष जारी रखो थोनू कोई भी सरकार का अफसर इतने आके हुक्म नहीं कर सकता उन्हूं कोई अधिकार नहीं जड़े संघर्ष है उन्हों का फैसला सरकार के नाल गलबात करके होंगे मुख्यमंत्री गलबात करके होंगे तो पुलिस का डीसी का कोई कम नहीं इतने फुकारे मारन का जो मारदा उन्हें समझा दो थोड़ा धंधे नहीं जी तुम लॉ एंड ऑर्डर वास्ते चौक च खड़ो बिल्कुल जी टी रोड से उसे पैसे कमाओ इतने थोड़ा कुछ नहीं मिलना सही गल बस ਤੁਸੀਂ ਚਾਰ ਪੈਸੇ ਉੱਥੇ ਕਮਾਓ ਇੱਥੇ ਤੁਹਾਨੂੰ ਕੱਖ ਨਹੀਂ ਮਿਲਣਾ ਜਾਂ ਜਿਹੜਾ ਕੋਈ ਰਜਿਸਟਰੀ ਕਰਾਉਣ ਆਊਗਾ ਨਾ ਤੁਹਾਡੇ ਦਫ਼ਤਰ 'ਚ ਉੱਥੇ 15-20 ਹਜ਼ਾਰ ਰੁਪਇਆ ਵੱਧ ਲਓ ਠੀਕ ਹੈ ਤਹਿਸੀਲਦਾਰ ਦੀ ਡਿਊਟੀ ਲਾ ਕੇ ਤੁਹਾਨੂੰ ਅੱਧ ਦੁੱਧ ਦੇ ਦੂਗਾ ਬਸ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਵੰਡ ਕੇ ਖਾਓ ਵੰਡ ਖਾਵੇ ਖੰਡ ਖਾਵੇ ਨਹੀਂ ਤਾਂ ਹੱਡ ਖਾਓ ਹੱਡ ਖਾਈ ਜਾਏ ਹੱਡ ਲਾ ਕੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਮੂੰਹ ਤੇ ਕਹੋ ਫੇਰ ਹੀ ਟਿਕਣਗੇ ਨਹੀਂ ਤਾਂ ਆਖਣਗੇ ਅੱਛਾ ਅੱਛਾ 0 ਲੱਖ ਅੱਛਾ ਓਏ ਅੱਛਾ ਅੱਛਾ ਜਿਹੜੇ ਜੇ ਰਾਹ ਸਿੱਖ ਜੇ ਰਹਿੰਦੇ ਆ ਉਹ ਤਾਂ ਸਾਰੇ ਸ਼ਰਾਬਾ ਕੱਢੀ ਜਾਂਦੇ ਐਂ ਕਰਕੇ ਨਾ ਆਪਾਂ ਨੂੰ ਛੋਟਾ ਕਰ ਦਿੰਦੇ ਆ ਜਦੋਂ ਕਿ ਇਹ ਬੰਦਿਆਂ ਦਾ ਖੂਨ ਪੀਣੀ ਲੋਕ ਹੈ ਥੋੜੀਆਂ ਚੇਤਨਾ ਨਾਲ ਇਹ ਛੋਟੇ ਹੋ ਜਾਣਗੇ ਥੋੜਾ ਪੁੱਤ ਵਿਕਾਸ ਵੀ ਹੋਊ ਬਾਬੇ ਨਾਨਕ ਦੇ ਆਖਣ ਨੂੰ ਵਿਕਾਸ ਵੀ ਹੋਊ ਵਿਕਾਸ ਮੈਨੂੰ ਹੁੰਦਾ ਅਧਿਆਤਮਕ ਖੇੜਾ ਮੈਂ ਇੰਨੇ ਕਹਿਣਾ ਜੇ ਕੋਈ ਮਾੜਾ ਮੋਟਾ ਲਾ ਦੋ ਉੱਠਾ ਪੁੱਠਾ ਸਿੱਧਾ ਬੋਲਿਆ ਗਿਆ ਪੁੱਤਰਾ ਅਸੀਂ ਉਹਦੀ ਮਾਫੀ ਮੰਗਦੇ ਹਾਂ ਪਰ ਅਸੀਂ ਤੁਹਾਡਾ ਦੁੱਖ ਨਹੀਂ ਵੇਖ ਸਕਦੇ ਇਸ ਕਰਕੇ ਅਸੀਂ ਕੌੜਾ ਵੀ ਬੋਲ ਜਾਂਦੇ ਹਾਂ ਪਰ ਕੌੜਾ ਕੌੜਾ ਬੋਲੇ ਤੋਂ ਬਿਨਾ ਗੱਡੀ ਨਹੀਂ ਚੱਲਣੀ ਮਿਹਰਬਾਨੀ ਜੀ ਤੁਹਾਡੀ ਅੱਡ